ਸ਼੍ਰੀਕਾਲ ਜੀ ਸਾਰਿਆਂ ਨੂੰ ਅਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਯੂ ਪੀ ਬੀ ਸੀ ਦੀ ਜਿਹੜੀ ਯੂ ਵੀ ਸ਼ੀਟ ਹੁੰਦੀ ਆ ਉਹਦੀ ਆਪਣੇ ਛੋਟੇ ਭਰਾ ਨੇ ਨਾ ਕਿਚਨ ਤਿਆਰ ਕੀਤੀ ਹੈ ਬਾਈ ਨੇ ਬਹੁਤ ਹੀ ਸੋਹਣੀ ਕਿਚਨ ਬਣੀ ਹੋਈ ਹੈ ਅਤੇ ਇਹਨਾਂ ਨੇ ਪੀ ਵੀ ਸੀ ਲੂਵਰ ਵੀ ਲਾਏ ਨੇ ਬਾਹਰ ਆ ਸੋਰੀ ਪੀ ਵੀ ਸੀ ਲਾਈ ਹੈ ਲੂਵਰਾਂ ਵਾਲੀ ਬਹੁਤ ਸੋਹਣੀ ਚੀਜ਼ਾਂ ਦੀ ਬਣੀ ਹੋਈ ਆ ਉਹ ਤੁਹਾਨੂੰ ਪਹਿਲਾਂ ਉਹ ਦਿਖਾਉਣੇ ਆ ਉਸ ਤੋਂ ਬਾਅਦ ਦਿਖਾਵਾਂਗੇ ਕਿਚਨ ਲਓ ਅਤੇ ਆਹ ਸਾਰੀ ਇੱਕ ਵਾਰੀ ਤੁਸੀਂ ਕਿਚਨ 'ਤੇ ਨਿਗਾਹ ਮਾਰੋ ਪਹਿਲਾਂ ਫਿਰ ਤੁਹਾਨੂੰ ਇਹਦੀ ਪੂਰੀ ਡਿਟੇਲ ਲੈਂਦੇ ਹਾਂ ਵੀ ਫਿੱਟ ਨਾ ਹੋ ਗਿਆ ਫਿੱਟ ਇਹ ਨਾ ਵਧੀਆ ਲੱਗਦੀ ਫਿਰ ਅਸੀਂ ਤੁਹਾਨੂੰ ਹੈ ਪੀ ਵੀ ਸੀ ਲੋਅਰ ਹੈ ਉੱਧਰ ਵੀ ਸਾਰੀ ਇਹੀ ਲੱਗੀ ਹੈ ਅੱਛਾ ਸਾਰੀ ਇਹੀ ਲਾਈ ਹੋਈ ਹੈ ਵਧੀਆ ਇਹਦਾ ਪਤਾ ਹੀ ਨਹੀਂ ਲੱਗਦਾ ਹੈ ਨਾ ਕਿ ਤਰ੍ਹਾਂ ਟਾਇਲ ਹੀ ਲੱਗਦੀ ਹੈ ਵਧੀਆ ਫਿਨਿਸ਼ਿੰਗ ਆ ਜੀ ਇੱਧਰ ਸਾਰੇ ਪਾਸੇ ਇਹੀ ਵੇਚਦੀ ਹੈ ਅੱਛਾ ਇਹ ਵੀ ਪੀ ਵੀ ਸੀ ਹੈ ਇਹਦਾ ਨਹੀਂ ਪਤਾ ਲੱਗ ਰਿਹਾ ਹੈ ਅੱਛਾ ਇਹ ਮਾਰਬਲ ਵਾਲੀ ਆ ਗਈ ਸਾਰੀ ਵਧੀਆ ਲੱਗ ਰਹੀ ਯਾਰ ਇਹ ਹੁਣ ਆਈ ਆ ਫਿਰ ਪਹਿਲਾਂ ਤਾਂ ਮੈਂ ਅਸੀਂ ਤਾਂ ਦੇਖ ਰਿਹਾ ਸੀ ਮੈਂ ਕਿਹਾ ਪਹਿਲਾਂ ਤਾਂ ਆਈ ਨਹੀਂ ਹੈਗੀ ਆਹ ਤਾਂ ਹੀ ਆ ਹੋਆ ਖੜਦਾ ਜਾ ਨਾ ਟੈਕਸਚਰ ਜਿਹਾ ਵੀ ਪਾਣੀ ਨਾਲ ਖਰਾਬ ਨਾ ਹੋਵੇ ਨਾ ਨਾ ਵਧੀਆ ਬਣ ਗਈ ਯਾਰ ਇਹ ਵੀ ਇਹਦੇ ਹੀ ਪਤਾ ਲੱਗ ਰਿਹਾ ਨਾ ਲਓ ਜੀ ਅਤੇ ਆਪਾਂ ਤੁਹਾਨੂੰ ਦਿਖਾ ਰਹੇ ਹੁਣ ਯੂ ਵੀ ਸ਼ੀਟ ਦੀ ਜਿਹੜੀ ਕਿਚਨ ਆ ਇਹ ਆਪਣੇ ਵੀਰ ਨੇ ਬਣਾਈ ਆ ਹੈ ਨਾ ਬਹੁਤ ਹੀ ਸੋਹਣੀ ਜਾਣੀ ਲੁੱਕ ਆਈ ਹੈ ਜਿਵੇਂ ਕਿਸੇ ਦੇ ਸਲਾਬ ਵਗੈਰਾ ਹੈਗੀ ਆ ਜਾਂ ਕੋਈ ਦਿੱਕਤ ਆ ਸਿਉਂਕ ਵਗੈਰਾ ਦੀ ਹੈ ਨਾ ਫਰੰਟ 'ਤੇ ਵੀ ਇਹ ਲਾਤੀ ਅਤੇ ਇਹਨਾਂ ਦੇ ਅੰਦਰ ਵੀ ਬਕਸਿਆਂ ਦੇ ਸਾਰਾ ਕੁਛ ਜਿਹੜੀ ਵਿੱਚ ਇਹੀ ਲੱਗੀ ਆ ਜਾਣੀ ਕਿ ਪੂਰੀ ਘੈਂਟ ਚੀਜ਼ ਬਣ ਗਈ ਮੈਂ ਦੇਖੀ ਆ ਪਹਿਲਾਂ ਹੈ ਨਾ ਸਾਰੀ ਅਤੇ ਹੁਣ ਤੁਹਾਨੂੰ ਪੂਰੀ ਜਿਹੜੀ ਡਿਟੇਲ ਦਿੰਦੇ ਹਾਂ ਆਪਾਂ ਹੈ ਨਾ ਵੀ ਕੀ ਮਟੀਰੀਅਲ ਆ ਇਹ ਕਿਸ ਦੇ ਨਾਲ ਪੇਸਟ ਹੁੰਦਾ ਕਿੰਨਾ ਕੁ ਜਾਣੀ ਇਹਦਾ ਖਰਚਾ ਵਗੈਰਾ ਸਾਰਾ ਕੁਛ ਤੁਹਾਨੂੰ ਦੱਸਾਂਗੇ ਹੈ ਨਾ ਅਤੇ ਹਾਂਜੀ ਅਰੁਣ ਜੀ ਠੀਕ ਹੈ ਕਿਚਨ ਸਾਰੀ ਇਹਦੀ ਰੈਡੀ ਹੋਈ ਆ ਠੀਕ ਹੈ ਇਹ ਸਾਰੀ ਪੇਸਟਿੰਗ ਹੀਟੈਕਸ ਨਾਲ ਵੀ ਹੈ ਪਰ ਐਂ ਵੀ ਤੁਸੀਂ ਇਹ ਦੇਖੋ ਲੱਗ ਨਹੀਂ ਰਹੀ ਹੈ ਨਾ ਅੱਛਾ ਸਾਰੀ ਬਕਸਾਂ ਦੇ ਵਿੱਚ ਇਹੀ ਲਈ ਹੈ ਠੀਕ ਹੈ ਠੀਕ ਹੈ ਇਹਦੇ ਹੀ ਹੈ ਇਹ ਉਰੇ ਪਹਿਲਾਂ ਇਹ ਪੁਰਾਣੀ ਸੀ ਇਹਨਾਂ ਦੀ ਕਿਚਨ ਪੁਰਾਣੀ ਹੈ ਮਤਲਬ ਹੈ ਨਾ ਅੱਛਾ ਇੱਥੇ ਸੈਲਫ ਪਈ ਹੋਊ ਮਤਲਬ ਦਾ ਹੈ ਅੱਛਾ ਇਹ ਸਾਰਾ ਸੈਟਿੰਗ ਵਗੈਰਾ ਤੁਸੀਂ ਆਪ ਹੀ ਕਰੀ ਹੈ ਨਾ ਠੀਕ ਹੈ ਠੀਕ ਹੈ ਠੀਕ ਅੱਛਾ ਇਹਨਾਂ ਦੇ ਵਿੱਚ ਵੀ ਲਾਤੀ ਅਤੇ ਫਰੰਟ 'ਤੇ ਤਾਂ ਲਾਉਣੀ ਲਾਉਣੀ ਹੈ ਨਾ ਅਤੇ ਤੁਸੀਂ ਦੇਖ ਸਕਦੇ ਹੋ ਨਾ ਕਿੱਦਾਂ ਦੀ ਕਿਚਨ ਵਧੀਆ ਜਾਣੀ ਚੀਜ਼ ਬਣੀ ਹੋ ਗਈ ਇਹੋ ਜਿਹੀ ਗੱਲ ਹੀ ਅੱਛਾ ਇੱਧਰ ਟੋਕਰੀਆਂ ਪਾਤੀ ਅੱਛਾ ਅੱਛਾ ਇੱਧਰ ਵਾਈ ਸਪੇਅਰ ਜਾਣੀ ਸਮਾਨ ਵਾਸਤੇ ਹੈ ਅੱਛਾ ਇੱਧਰ ਡੈਂਡਮ ਵੀ ਪਾ ਦੀ ਇਹਨਾਂ ਨਾਲ ਵਧੀਆ ਚੀਜ਼ ਬਣ ਗਈ ਅੱਛਾ ਆਟੇ ਵਾਲਾ ਇੱਧਰ ਬਣਾ ਤਾ ਇਹਦੇ ਟੈਲੀਸਕੋਪ ਹੀ ਲਾਈਏ ਫਿਰ ਹੈਵੀ ਵਾਲੀ ਹੈ ਨਾ ਵਧੀਆ ਬੋਰਡਰ ਰੈਕ ਬਣ ਗਿਆ ਹੈ ਬਹੁਤ ਸੋਹਣੀ ਯਾਰ ਕਿਚਨ ਬਣ ਗਈ ਹੈ ਨਾ ਤੁਸੀਂ ਦੇਖ ਸਕਦੇ ਹੋ ਅਤੇ ਇਹ ਆਪਣੀ ਜਿਹੜੀ ਸ਼ੀਟ ਲਾਈ ਹੈ ਤੁਸੀਂ ਇਹ ਕਿੰਨੇ ਕੁ ਦੀ ਸ਼ੀਟ ਆ ਜਾਂਦੀ ਇੱਕ ਜਾਣੀ ਆਪਾਂ ਕੀ ਰੇਟ ਸਕੁਅਰ ਫੁੱਟ ਕਿੰਨੀ ਕੁ ਪੈ ਜਾਂਦੀ ਹੈ ਲਓ ਜੀ ਤੁਸੀਂ ਦੇਖ ਸਕਦੇ ਹੋ ਨਾ ਕਿਚਨ ਸੋਹਣੀ ਬਣੀ ਹੈ ਖੈਰ ਆਪਾਂ ਨੀ ਕਹਿ ਦੀ ਹੈ ਨਾ ਕੋਈ ਇੱਦਾਂ ਨਹੀਂ ਲੱਗ ਰਿਹਾ ਵੀ ਇਹ ਸ਼ੀਟ ਲੱਗੀ ਹੈ ਸਾਰੀ ਇਹ ਮਾਰਬਲ ਲੱਕੜੀ ਸ਼ੀਟ ਹੈ ਅਤੇ ਤੁਸੀਂ ਹੈ ਨਾ ਇੱਦਾਂ ਦਾ ਕੰਮ ਕਰਾਉਣਾ ਆਪਾਂ ਨੰਬਰ ਦੇ ਦਾਂਗੇ ਬਾਈ ਦਾ ਨਾ ਥੱਲੇ ਕੰਟੈਕਟ ਕਰ ਸਕਦੇ ਹੋ ਤੁਸੀਂ ਅਤੇ ਜਾਣੀ ਵਧੀਆ ਚੀਜ਼ ਬਣੀ ਹੋਈ ਹੈ ਕੋਈ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਬਾੜੀ ਚੀਜ਼ ਆ ਮੈਨੂੰ ਪਸੰਦ ਆ ਜੀ ਦੇਖੋ ਕਿਉਂਕਿ ਐਂ ਵੀ ਕਈ ਵਾਰੀ ਆਪਣੇ ਪ੍ਰੋਬਲਮ ਹੁੰਦੀ ਹੈ ਕਿਚਨ ਹੈ ਨਾ ਸਲਾਬ ਸਲੂਬ ਦੀ ਦਿੱਕਤ ਆ ਜਾਂਦੀ ਹੈ ਉੱਥੇ ਇਹ ਲਾ ਦਿਓ ਸਸਤਾ ਔਰ ਵਧੀਆ ਅਤੇ ਟਿਕਾਊ ਸੌਦਾ ਠੀਕ ਹੈ ਅਤੇ ਇਹ ਪੇਸਟਿੰਗ ਹੀਟੈਕਸ ਨਾਲ ਹੀ ਹੈ
ਜਿਵੇਂ ਕੰਧ ਵਗੈਰਾ ਤੇ ਲਾਉਣੀ ਹੋਵੇ ਉੱਥੇ ਕੰਧ ਨਾਲ ਆਪਣੇ ਬਿਲਡਰ ਮੋਡ ਨਾਲ ਲੱਗਦੀ ਆ ਕਿਹਦੇ ਵਾਸਤੇ ਆਪਾਂ ਨੂੰ ਗੋਲਾ ਦੇਣਾ ਅੱਛਾ ਅੱਛਾ ਜਿਹੜਾ ਗੋਲਡਨ ਜਿਹਾ ਪਿਆ ਹੋਇਆ ਹੈ ਹਾਂ ਹਾਂ ਆਪਣੀ ਐਚ ਲੱਗਦੀ ਹੈ ਸੈਂਟਰ 'ਚ ਅੱਛਾ ਇਹ ਜਿਵੇਂ ਜਿੱਥੇ ਜੋੜ ਆ ਉੱਥੇ ਲੱਗਦੀ ਹੋਵੇ ਅੱਛਾ ਇਹ ਯੂ ਉੱਪਰ ਲੱਗਦੀ ਹੈ ਇੱਥੇ ਮੰਨ ਲਓ ਬੰਦ ਹੁੰਦੀ ਹੈ ਲਾਸਟ 'ਚ ठीक है शोकर भी लाए ले ठीक है चीज बनी हुई खराब होंदा इधर अपना टुकर आ गया पूरी सेटिंग वधिया करी हुई है ठीक है इधर यानी कि क्रोकरी वाला अच्छा इधर लॉबी च निकल गया उन्होंने वधिया सैटिंग भी हुई है तो जे बाई चांस किसी ने लवानी हो कॉन्टैक्ट नंबर आप लिख देंगे नीचे है ना जब बाहर अंदर जाके तो ला सकते कोई दिक्कत तो नहीं कई बार आया होंगे इधर दूरों है फोन वगैरह है ना लो जी तो देख सकते हो ना पूरी घैंट गलबात हुई पी है चीज सोहनी बनी है आपको भी पसंद आई एम आप कह दी है ना ठीक है बाकी अपना नंबर वगैरह थोड़ा दे देंगे है ना जो किसी ने कोई गलबात करनी होगी पूछ के आपका जो काम है करवा सकता ओके जी सत श्री अकाल जो वीडियो वधिया लगी शेयर कर दो सत श्री अकाल।